ਸਤਿ ਸ੍ਰੀ ਅਕਾਲ ਜ਼ੀ ਪੰਜਾਬ ਹਰਿਆਣਾ ਹਿਮਾਚਲ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਗੌਰਵ ਸ਼ੁਕਲਾ ਹਾਜ਼ਰ ਹਾਂ ਸ਼ਾਰਟ ਐਂਡ ਸ਼ਾਰਪ 52 ਦੇ ਨਾਲ 52 ਖਬਰਾਂ ਦੇਖਾਂਗੇ ਜਿਸ ਦੇ ਵਿੱਚ ਹਾਲ ਦੇਸ਼ ਵਿਦੇਸ਼ ਦਾ ਹੋਵੇਗਾ ਖਾਸ ਤੌਰ 'ਤੇ ਨਜ਼ਰ ਪੰਜਾਬ 'ਤੇ ਸ਼ੁਰੂਆਤ ਕਰਦੇ ਹਾਂ ਫਟਾਫਟ ਖਬਰਾਂ ਦੇ ਇਸ ਸਫ਼ਰ ਦੀ ਚੰਡੀਗੜ੍ਹ 'ਚ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਕੋਰ ਗਰੁੱਪ ਦੀ ਬੈਠਕ ਵੋਟਿੰਗ ਦੀ ਸਮੀਖਿਆ ਦੇ ਨਾਲ ਵੀ ਅੱਗੇ ਦੀ ਰਣਨੀਤੀ ਉੱਤੇ ਵੀ ਹੋਵੇਗਾ ਵਿਚਾਰ DSGMC ਚੋਣਾਂ ਉੱਤੇ ਵੀ ਹੋਵੇਗਾ ਮੰਥਨ DSGMC ਦੇ ਦੰਗਲ ਦੀਆਂ ਤਿਆਰੀਆਂ ਜ਼ੋਰਾਂ ਉੱਤੇ ਨਾਮਜ਼ਦਗੀਆਂ ਵਾਪਸ ਲੈਣ ਦਾ ਆਖਰੀ ਦਿਨ ਅੱਜ 46 ਸੀਟਾਂ ਉੱਤੇ ਹੁਣ ਤੱਕ 440 ਵਿੱਚੋਂ 420 ਨਾਮਜ਼ਦਗੀਆਂ ਪਾਈਆਂ ਗਈਆਂ ਵੈਦ 26 ਫਰਵਰੀ ਨੂੰ ਹੋਣੀ ਨੇ ਵੋਟਿੰਗ DSGMC ਚੋਣਾਂ ਤੋਂ ਪਹਿਲਾਂ ਪਰਮਜੀਤ ਸਿੰਘ ਸਰਨਾ ਦਾ ਵੱਡਾ ਬਿਆਨ ਕਿਹਾ ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਭੇਜਾਂਗੇ ਜੇਲ੍ਹ ਮੌਜੂਦਾ ਕਮੇਟੀ ਤੇ ਲਗਾਇਆ ਕਰੋੜਾਂ ਦੇ ਘਪਲੇ ਦਾ ਇਲਜ਼ਾਮ DSGMC ਦੀਆਂ ਚੋਣਾਂ ਦੇ ਵਿੱਚ ਇਸ ਵਾਰ ਕਈ ਪਾਰਟੀਆਂ ਹਿੱਸਾ ਲੈ ਰਹੀਆਂ ਨੇ ਜਿਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਆਮ ਅਕਾਲੀ ਦਲ ਪੰਥਕ ਸੇਵਾ ਦਲ ਅਕਾਲ ਸਹਾਇ ਵੈਲਫੇਅਰ ਸੁਸਾਇਟੀ ਵੀ ਸ਼ਾਮਲ ਹੈ ਚੋਣ ਕਮਿਸ਼ਨ ਨੇ ਅਕਾਲੀ ਦਲ ਬਾਦਲ ਨੂੰ ਬਾਲਟੀ ਸਰਨਾ ਦਲ ਨੂੰ ਕਾਰ ਆਮ ਅਕਾਲੀ ਦਲ ਨੂੰ ਬਲੈਕਬੋਰਡ ਪੰਥਕ ਸੇਵਾ ਦਲ ਨੂੰ ਟਰੈਕਟਰ ਚਲਾਉਂਦਾ ਹੋਇਆ ਕਿਸਾਨ ਅਤੇ ਅਕਾਲ ਸਹਾਇ ਸੁਸਾਇਟੀ ਨੂੰ ਮੋਮਬੱਤੀ ਦਾ ਜੋੜਾ ਚੋਣ ਨਿਸ਼ਾਨ ਦੇ ਵਜੋਂ ਅਲਾਟ ਕੀਤਾ ਹੈ 1984 ਦੇ ਦਿੱਲੀ ਸਿੱਖ ਨਸਲਕੁਸ਼ੀ ਨਾਲ ਜੁੜੇ ਮਾਮਲੇ 'ਚ ਜਗਦੀਸ਼ ਟਾਈਟਲਰ ਨਹੀਂ ਹੋਏ ਅਦਾਲਤ ਵਿੱਚ ਪੇਸ਼ ਲਾਈ ਡਿਟੈਕਟਰ ਟੈਸਟ ਤੋਂ ਵੀ ਕੀਤਾ ਇਨਕਾਰ ਅਭਿਸ਼ੇਕ ਵਰਮਾ ਨੇ ਪੁੱਛਿਆ CBI ਕਿਉਂ ਕਰਨਾ ਚਾਹੁੰਦੀ ਹੈ ਲਾਈ ਡਿਟੈਕਟਰ ਟੈਸਟ ਜਿਸ 'ਤੇ ਅਦਾਲਤ ਨੇ ਕਿਹਾ ਕਿ CBI ਜਾਂਚ ਦੀ ਦਿਸ਼ਾ ਬਾਰੇ ਜਾਣਕਾਰੀ ਨਹੀਂ ਦੇ ਸਕਦੀ HS ਫੂਲਕਾ ਬੋਲੇ ਗਵਾਹਾਂ ਦੀ ਸੁਰੱਖਿਆ ਜ਼ਰੂਰੀ ਮਾਮਲੇ ਦੀ ਅਗਲੀ ਸੁਣਵਾਈ 23 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦਾ ਅਮਲ ਖਤਮ ਹੋਣ ਤੋਂ ਬਾਅਦ ਸਕੱਤਰੇਤ ਦੇ ਵਿੱਚ ਵੀ ਛਾਈ ਸੁਨਸਾਨ ਨਵੀਂ ਸਰਕਾਰ ਦੀ ਉਡੀਕ ਵਿੱਚ ਸਰਕਾਰੀ ਅਮਲਾ ਜੱਟ ਭਾਈਚਾਰੇ ਦੀ ਮੰਗ ਨੂੰ ਲੈ ਕੇ ਅੰਦੋਲਨ ਜਾਰੀ ਜੱਟ ਰਾਖਵਾਂਕਰਨ ਸੰਘਰਸ਼ ਸਮਿਤੀ ਦੇ ਧਰਨੇ ਦਾ ਅੱਜ 14ਵਾਂ ਦਿਨ ਪਾਣੀਪਤ ਵਿੱਚ ਅੱਜ ਸਰਕਾਰ ਦੇ ਵੱਲੋਂ ਬਣਾਈ ਗਈ ਕਮੇਟੀ ਦੇ ਮੈਂਬਰ ਜੱਟ ਸੰਘਰਸ਼ ਸਮਿਤੀ ਦੇ ਕੁਝ ਆਗੂਆਂ ਨਾਲ ਕਰਨਗੇ ਮੁਲਾਕਾਤ ਜੱਟ ਅੰਦੋਲਨ ਤੇ ਕੈਬਨਿਟ ਮੰਤਰੀ ਓਮ ਪ੍ਰਕਾਸ਼ ਧਨਖੜ ਦੀ ਵਿਰੋਧੀ ਧਿਰ ਨੂੰ ਖੁੱਲ੍ਹੀ ਚੁਣੌਤੀ ਬੋਲੇ ਜੱਟ ਅੰਦੋਲਨ ਦੇ ਨਾਮ ਉੱਤੇ ਕਿਉਂ ਸਿਆਸਤ ਕਰ ਰਿਹਾ ਹੈ ਵਿਰੋਧੀ ਧਿਰ ਸਿਆਸਤ ਕਰਨੀ ਹੈ ਤਾਂ ਆਪਣੇ ਦਮ ਤੇ ਕਰੋ ਹਰਿਆਣਾ BJP ਦੇ ਆਗੂ ਜਵਾਹਰ ਯਾਦਵ ਦਾ ਕਹਿਣਾ ਕਿ ਨੈਲੋ ਪਾਰਟੀ ਦੇ ਆਗੂ ਅਤੇ ਸਾਬਕਾ ਵਿਧਾਇਕ ਰਾਮਪਾਲ ਮਾਜਰਾ ਨੇ ਪੰਜਾਬ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲਹਿਰਾ ਕਾਕਾ ਹਲਕੇ ਤੋਂ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਦੇ ਲਈ ਚੋਣ ਪ੍ਰਚਾਰ ਕੀਤਾ ਜਦੋਂ ਕਿ ਨੈਲੋ ਨੇ ਇਹਨਾਂ ਇਲਜ਼ਾਮਾਂ ਨੂੰ ਖਾਰਿਜ ਕਰ ਦਿੱਤਾ ਕੇਂਦਰੀ ਮੰਤਰੀ ਚੌਧਰੀ ਬਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਡਾਕਟਰ ਮਨਮੋਹਨ ਸਿੰਘ ਤੇ ਰੇਨਕੋਟ ਪਾ ਕੇ ਨਹਾਉਣ ਦੀ ਟਿੱਪਣੀ ਨੂੰ ਜਾਇਜ਼ ਠਹਿਰਾਇਆ ਉਹਨਾਂ ਕਿਹਾ ਕਿ PM ਮੋਦੀ ਨੇ ਆਪਣੇ ਬਿਆਨ ਦੇ ਵਿੱਚ ਕੁਝ ਵੀ ਗਲਤ ਨਹੀਂ ਕਿਹਾ ਪਾਣੀਪਤ ਜ਼ਿਲ੍ਹਾ ਪਰਿਸ਼ਦ ਦੀ ਚੇਅਰਪਰਸਨ ਆਸ਼ੂ ਸ਼ੇਰਾ ਦੀ ਕੁਰਸੀ ਇਹਨਾਂ ਦਿਨ ਖਤਰੇ ਦੇ ਵਿੱਚ ਪੈਂਦੀ ਨਜ਼ਰ ਆ ਰਹੀ ਹੈ ਚੇਅਰਪਰਸਨ ਦੀ ਬੈਠਕ 'ਚ ਨਾ ਪਹੁੰਚਣ ਉੱਤੇ ਗੁੱਸੇ ਵਿੱਚ 7 ਕੌਂਸਲਰਸ ਨੇ ਉਹਨਾਂ ਦੇ ਖਿਲਾਫ ਜੰਗ ਦਾ ਐਲਾਨ ਕਰ ਦਿੱਤਾ ਹਿਮਾਚਲ ਪ੍ਰਦੇਸ਼ ਦੇ CM ਵੀਰਭਦਰ ਸਿੰਘ ਦੀ ਬੇਟੀ ਅਭਿਲਾਸ਼ਾ ਕੁਮਾਰੀ ਤ੍ਰਿਪੁਰਾ ਦੀ ਚੀਫ ਜਸਟਿਸ ਵਜੋਂ ਨਿਯੁਕਤ ਹੋਏ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ 9 ਚੀਫ ਜਸਟਿਸ ਦੀ ਪ੍ਰਮੋਸ਼ਨ ਉੱਤੇ ਲਗਾਈ ਮੋਹਰ ਵਰਤਮਾਨ ਵਿੱਚ ਗੁਜਰਾਤ ਹਾਈਕੋਰਟ ਦੀ ਜੱਜ ਨੇ ਅਭਿਲਾਸ਼ਾ ਫਿਰੋਜ਼ਪੁਰ ਦੇ ਮੱਖੂ ਦੇ ਵਿੱਚ ਪੁਲਿਸ ਦੀ 4 ਗੈਂਗਸਟਰਾਂ ਦੇ ਨਾਲ ਮੁੱਠਭੇੜ ਦੀ ਖਬਰ ਮੁੱਠਭੇੜ ਵਿੱਚ ਇੱਕ ਗੈਂਗਸਟਰ ਜ਼ਖਮੀ ਪੁਲਿਸ ਨੇ 4 ਗੈਂਗਸਟਰਾਂ ਨੂੰ ਹਿਰਾਸਤ ਦੇ ਵਿੱਚ ਲਿਆ ਖਬਰ ਇਹ ਹੈ ਕਿ ਇਹ ਲੋਕ ਗੁਰਹਟ ਸਾਹਿਬ ਮਾਮਲੇ ਦੇ ਨਾਲ ਜੁੜੇ ਹੋ ਸਕਦੇ ਨੇ ਪਰ ਪੂਰੇ ਮਾਮਲੇ 'ਚ ਪੁਲਿਸ ਕੁਝ ਵੀ ਬੋਲਣ ਤੋਂ ਬਚ ਰਹੀ ਹੈ ਹਿਮਾਚਲ ਦੇ CM ਵੀਰਭਦਰ ਸਿੰਘ ਦੇ ਰਿਸ਼ਤੇਦਾਰ ਆਕਾਂਸ਼ ਸੇਨ ਨੇ PGI 'ਚ ਦਮ ਤੋੜ ਦਿੱਤਾ ਆਕਾਂਸ਼ ਸੇਨ ਚੰਡੀਗੜ੍ਹ 9 ਸੈਕਟਰ 'ਚ ਵਾਪਰੇ ਹਾਦਸੇ 'ਚ ਜ਼ਖਮੀ ਹੋ ਗਏ ਸਨ ਸੋਨੀਪਤ 'ਚ ਪੁਲਿਸ ਮੁੱਠਭੇੜ 'ਚ ਢੇਰ ਹੋਇਆ 1.5 ਲੱਖ ਦਾ ਇਨਾਮੀ ਬਦਮਾਸ਼ ਰਵਿੰਦਰ ਪੁਗਥਲਾ ਕਤਲ ਲੁੱਟ ਡਕੈਤੀ ਅਤੇ ਗੈਰ ਕਾਨੂੰਨੀ ਹਥਿਆਰ ਰੱਖਣ ਵਰਗੇ 19 ਮਾਮਲੇ ਸਨ ਦਰਜ
ਮੋਹਾਲੀ 'ਚ ਦਿਨ ਦਿਹਾੜੇ 50,000 ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 3 ਮੁਲਜ਼ਮਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ। ਪੁਲਿਸ ਨੇ ਖੁਲਾਸਾ ਕੀਤਾ ਕਿ ਮੁਲਜ਼ਮ ਲੁਧਿਆਣਾ 'ਚ ਟੈਕਸੀ ਕਿਰਾਏ 'ਤੇ ਲੈ ਕੇ ਵਾਰਦਾਤ ਨੂੰ ਅੰਜਾਮ ਦਿੰਦੇ ਸਨ ਅਤੇ 15 ਦਿਨ ਪਹਿਲਾਂ ਹੀ ਬਿਹਾਰ ਤੋਂ ਆਏ ਸੀ। ਬਠਿੰਡਾ ਦੇ ਰਾਮਪੁਰਾ ਪੁਲ 'ਚ ਲੰਘੀ ਰਾਤ ਸਟੇਡੀਅਮ ਮਾਰਕੀਟ 'ਚ 7 ਦੁਕਾਨਾਂ ਦੇ ਜਿੰਦਰੇ ਤੋੜੇ ਗਏ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿਸ ਤੋਂ ਬਾਅਦ ਦੁਕਾਨਦਾਰਾਂ ਨੇ ਸਵੇਰੇ ਧਰਨਾ ਪ੍ਰਦਰਸ਼ਨ ਕੀਤਾ। ਦੁਕਾਨਦਾਰਾਂ ਨੇ ਪੁਲਿਸ ਦੇ ਸੁਰੱਖਿਆ ਇੰਤਜ਼ਾਮਾਂ 'ਤੇ ਸਵਾਲ ਚੁੱਕੇ ਨੇ। ਕਰਨਾਲ 'ਚ 2 ਬਾਈਕ ਸਵਾਰ ਲੁਟੇਰਿਆਂ ਨੇ ਇੱਕ ਸਕੂਟੀ ਸਵਾਰ ਕੁੜੀ ਤੋਂ ਲੁੱਟ ਖਸੁੱਟ ਕੀਤੀ। ਇਸ ਦੌਰਾਨ ਕੁੜੀ ਦੀ ਮਾਂ ਨੂੰ ਵੀ ਸੱਟਾਂ ਲੱਗੀਆਂ ਨੇ। ਸ਼ਿਕਾਇਤ ਮਿਲਣ 'ਤੇ ਪੁਲਿਸ ਨੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ ਅਤੇ ਕੇਸ ਦਰਜ ਕਰ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਨਸ਼ੇ ਦੇ ਨਕੇਲ ਕਸਣ ਦੇ ਲਈ ਉਨ੍ਹਾਂ ਪੁਲਿਸ ਦਾ ਜਾਰੀ ਹੈ ਅਭਿਆਨ। ਪੁਲਿਸ ਨੇ 234 ਪੰਚਾਇਤਾਂ ਨੂੰ ਜਾਰੀ ਕੀਤੀ ਚਿੱਠੀ। ਪਿਛਲੇ ਸਾਲ ਨਸ਼ੇ ਦੇ 50 ਮਾਮਲਿਆਂ 'ਚ 57 ਲੋਕਾਂ ਨੂੰ ਭੇਜਿਆ ਗਿਆ ਸੀ ਜੇਲ੍ਹ। ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਨੇ 2013 'ਚ ਰੂਸਾ ਸਿੱਖਿਆ ਪ੍ਰਣਾਲੀ ਨੂੰ ਅਪਣਾਇਆ ਸੀ। ਇਲਜ਼ਾਮ ਨੇ ਕਿ 4 ਸਾਲ ਲੰਘਣ ਦੇ ਬਾਅਦ ਵੀ ਯੂਨੀਵਰਸਿਟੀ 'ਚ ਇਸ ਸਕੀਮ ਲਾਗੂ ਨਹੀਂ ਹੋ ਸਕੀ, ਜਿਸਦਾ ਖਾਮਿਆਜ਼ਾ ਇਸ ਯੂਨੀਵਰਸਿਟੀ ਦੇ ਤਹਿਤ ਪੜ੍ਹ ਰਹੇ ਵਿਦਿਆਰਥੀਆਂ ਨੂੰ ਭੁਗਤਣਾ ਪੈ ਰਿਹਾ ਹੈ। ਫਰੀਦਾਬਾਦ 'ਚ ਚੱਲ ਰਹੇ ਸੂਰਜ ਕੁੰਡ ਮੇਲੇ 'ਚ ਮਣੀਪੁਰੀ ਡਾਂਸਰਾਂ ਨੇ ਖੂਬ ਸਮਾਂ ਬੰਨਿਆ। ਰਵਾਇਤੀ ਮਣੀਪੁਰੀ ਡਾਂਸ ਮੇਲੇ ਵਿੱਚ ਆਏ ਦਰਸ਼ਕਾਂ ਦੀ ਖਿੱਚ ਦਾ ਕੇਂਦਰ। ਯੂਪੀ 'ਚ ਪਹਿਲੇ ਗੇੜ ਦੇ ਲਈ ਵੋਟਰਾਂ ਦੇ ਵਿੱਚ ਦਿਖ ਰਿਹਾ ਕਾਫੀ ਉਤਸ਼ਾਹ। ਨੋਇਡਾ 'ਚ ਦਿਵਿਆਂਗਾਂ ਨੇ ਵੀ ਕੀਤੀ ਵੋਟਿੰਗ। 73 ਸੀਟਾਂ ਉੱਤੇ ਅੱਜ ਪਾਈਆਂ ਜਾ ਰਹੀਆਂ ਨੇ ਵੋਟਾਂ। ਪਹਿਲੇ ਗੇੜ ਦੀਆਂ ਚੋਣਾਂ ਦੇ ਵਿੱਚ 2,60,00,000 ਵੋਟਰਸ ਕਰਨਗੇ ਵੋਟਿੰਗ। 839 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ। ਨਤੀਜੇ 11 ਮਾਰਚ। ਮਥੁਰਾ ਤੋਂ ਬੀਜੇਪੀ ਦੇ ਉਮੀਦਵਾਰ ਕੇ ਸ਼੍ਰੀਕਾਂਤ ਸ਼ਰਮਾ ਅਤੇ ਸਰਧਨਾ ਤੋਂ ਸੰਗੀਤ ਸੋਮ ਨੇ ਵੀ ਆਪਣੇ ਜਮਹੂਰੀ ਹੱਕ ਦਾ ਕੀਤਾ ਇਸਤੇਮਾਲ। ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਵੋਟਰਾਂ ਨੂੰ ਜੰਮ ਕੇ ਵੋਟਿੰਗ ਕਰਨ ਦੀ ਅਪੀਲ। ਅਲੀਗੜ੍ਹ ਅਤੇ ਬਾਗਪਤ ਦੇ ਵੋਟਿੰਗ ਕੇਂਦਰਾਂ ਅਤੇ ਰੰਗ ਬਿਰੰਗੇ ਗੁਬਾਰਿਆਂ ਨਾਲ ਉਸਨੂੰ ਸਜਾਇਆ ਗਿਆ। ਵੋਟ ਦੇਣ ਵਾਲੀਆਂ ਔਰਤਾਂ ਨੂੰ ਦਿੱਤੇ ਜਾ ਰਹੇ ਨੇ ਗੁਲਾਬ। ਤਮਿਲਨਾਡੂ ਦੇ ਹਾਲਾਤ ਉੱਤੇ ਰਾਜਭਵਨ ਨੇ ਕੀਤਾ ਸਾਫ਼। ਗਵਰਨਰ ਨੇ ਰਾਸ਼ਟਰਪਤੀ ਅਤੇ ਨਾ ਹੀ ਕੇਂਦਰ ਨੂੰ ਭੇਜੀ ਕੋਈ ਰਿਪੋਰਟ। AIA DMK ਚੇਅਰਮੈਨ ਅਹੁਦੇ ਤੋਂ ਹਟਾਏ ਗਏ ਮਧੂਸੂਦਨ ਨੇ ਕਿਹਾ, ਜਲਦ ਕਰਾਵਾਂਗਾ ਮਹਾ ਜਨਰਲ ਸਕੱਤਰ ਦਾ ਚੋਣ। ਮੇਰਠ ਦੇ ਸਰਧਨਾ ਤੋਂ ਬੀਜੇਪੀ ਉਮੀਦਵਾਰ ਸੰਗੀਤ ਸੋਮ ਦੇ ਭਰਾ ਹਿਰਾਸਤ ਦੇ ਵਿੱਚ ਲਏ ਗਏ ਨੇ। ਗਗਨ ਸੋਮ ਅਤੇ ਪੋਲਿੰਗ ਬੂਥ ਵਿੱਚ ਪਿਸਤੌਲ ਲੈ ਜਾਣ ਦੇ ਇਲਜ਼ਾਮ ਲੱਗੇ ਨੇ। ਨੋਟਬੰਦੀ 'ਚ ਸਟੇਟ ਬੈਂਕ ਆਫ ਇੰਡੀਆ ਦੀ ਬੰਪਰ ਕਮਾਈ। ਪਿਛਲੇ ਸਾਲ ਦੇ ਮੁਕਾਬਲੇ ਤੀਜੀ ਤਿਮਾਹੀ 'ਚ ਬੈਂਕ ਨੂੰ 134% ਦਾ ਮੁਨਾਫਾ। ਸਤੰਬਰ ਤੋਂ ਦਸੰਬਰ ਦੇ ਵਿਚਾਲੇ ਕਮਾਏ 2610 ਕਰੋੜ ਰੁਪਏ। NTV ਦੇ ਸਿੰਗਿੰਗ ਰਿਐਲਿਟੀ ਸ਼ੋਅ ਦਾ ਵੌਇਸ ਇੰਡੀਆ ਸੀਜ਼ਨ 2 ਦੇ ਪ੍ਰਤੀਭਾਗੀ ਪਰਖਜੀਤ ਸਿੰਘ ਚੰਡੀਗੜ੍ਹ ਪਹੁੰਚੇ। ਸੰਗਰੂਰ ਦੇ ਰਹਿਣ ਵਾਲੇ ਪਰਖਜੀਤ ਨੇ ਕਿਹਾ ਕਿ ਇਹ ਸ਼ੋਅ ਦੂਜੇ ਰਿਐਲਿਟੀ ਸ਼ੋਅ ਤੋਂ ਬਹੁਤ ਵੱਖਰਾ ਹੈ। ਪਰਖਜੀਤ ਸ਼ੋਅ 'ਚ ਟੌਪ 12 ਦੇ ਵਿੱਚ ਆਏ ਨੇ ਅਤੇ ਸ਼ਾਨ ਦੀ ਟੀਮ ਦੇ ਪ੍ਰਤੀਭਾਗੀ ਨੇ। ਵੋਟਿੰਗ ਨੂੰ ਲੈ ਕੇ ਬਜ਼ੁਰਗਾਂ ਦੇ ਵਿੱਚ ਵੀ ਦਿਖ ਰਿਹਾ ਕਾਫੀ ਉਤਸ਼ਾਹ। 90 ਸਾਲ ਤੋਂ ਲੈ ਕੇ 110 ਸਾਲ ਤੱਕ ਦੇ ਬਜ਼ੁਰਗਾਂ ਨੇ ਵੀ ਆਪਣੇ ਜਮਹੂਰੀ ਹੱਕ ਦਾ ਕੀਤਾ ਅੱਜ ਇਸਤੇਮਾਲ। ਮੁੰਬਈ ਦੇ ਟਾਟਾ ਮੈਮੋਰੀਅਲ ਕੈਂਸਰ ਹਸਪਤਾਲ ਦੇ ਬੇਸਮੈਂਟ ਦੇ ਵਿੱਚ ਲੱਗੀ ਅੱਗ। ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਮੌਕੇ ਉੱਤੇ, ਸਾਰੇ ਮਰੀਜ਼ ਸੁਰੱਖਿਅਤ।
एयरसेल मैक्सिस डील ते सुप्रीम कोर्ट ने चिदंबरम के खिलाफ इल्जाम ते सुब्रमण्यम स्वामी तो मंगे सबूत पेश करने दे लई दित्ता समा। सुप्रीम कोर्ट ने कहा सबूत दे बाद ही जारी करनगे नोटिस। अमेरिका के राष्ट्रपति डोनाल्ड ट्रंप ने कहा कि उन्होंने उम्मीद है कि सात मुस्लिम देशों से बैन लगाने के मामले में उन्होंने सुप्रीम कोर्ट तो राहत मिलेगी। उत्तर कोरिया के सबका तानाशाह किम जोंग के जन्मदिन के मौके उत्ते कुकिंग कंपटीशन का प्रबंध, लोगों ने बनाए कोरियन डिश। सोनीपत पंडित दीनदयाल उपाध्याय ऑल इंडिया नेशनल स्टाइल कबड्डी चैंपियनशिप का अज हो रहा समापन समागम च शिरकत करेंगे हरियाणा के मुख्यमंत्री मनोहर लाल। डायरेक्टर डेविड तवन तो अपनी दोस्ती टूटने से एक्टर गोविंदा का खुलासा, कहा डेविड तवन की गैर जिम्मेदाराना रवैये की वजह के नाल ही दूरियां वधियां। फिल्म मिर्जिया तो बॉलीवुड दे विच अपनी एक्टिंग का लोहा मनवा चुके हर्षवर्धन कपूर नूं वड्डे प्रोजेक्ट्स मिलण दी उम्मीद, कहा बॉलीवुड च दीपिका प्रियंका ते आलिया वर्गियां हिट एक्ट्रेस दे नाल देना चाहुंदा हां हिट फिल्मां। प्रदर्शनी तो बाद रोमानिया दे जस्टिस मंत्री फलोरिन ने अस्तीफा दिता, पर राजधानी बुखारेस्ट च अजे भी प्रदर्शनकारी उन्हां दे विरोध दे विच डटे हुए। फिल्म थानेदार दे तम्मा तम्मा गाने ते थिरकदी नजर आवेगी आलिया भट्ट, बद्रीनाथ दी दुल्हनिया लई माधुरी ने सिखाए स्टेप्स। फिल्म थग्स ऑफ हिंदुस्तान दे लई मिस्टर परफेक्शनिस्ट द नवा लुक, चेहरे ते दाढ़ी ते सिर ते लाल पग लगाए नजर आए आमिर खान। पुत्र की तस्वीर इस्तेमाल करने ऋतिक नाराज, एक मन परमन इंटरनेशनल क्लोथिंग ब्रांड वालों बिना इजाजत पुत्र की तस्वीर इस्तेमाल करने इल्जाम लगाया।